आम आदमी पार्टी की सरकार आने ते जस्टिस जोरा सिंह की रिपोर्ट ते होगा कम। मैं कहना साड़ी गवर्नमेंट आ जाइए, असी रिपोर्ट से एक्शन लवेंगे, पर इन्हों का मंशा नहीं गवर्नमेंट ना पहली का ना हूं का कोई एक्शन लेना। तुसी वेख रहे हो चकदे टीवी ते मैं हाँ सुख पट्टी वाल। व्यादबी ते गोलीकांड मामलों च नित नवे मोड़ आते दिखाई दे रहे हैं। शुरुआती दिनों तो लैके हुण तक काफ़ी लंबा समा बीत चुके, इंसाफ बेशक हाले तक नहीं मिलिया पर मोड़ काफ़ी आ चुके ने। कई रिपोर्टां बन चुकियां ने, कई सिट्टां बन चुकियां ने। हर सरकार दे वल्लों इंसाफ दे दावे किए जाते हैं पर इंसाफ हाल तक नहीं मिलिया। हुण जस्टिस जोरा सिंह का एक बड़ा बयान सामने आया, तुहानू दस दईए कि जस्टिस जोरा सिंह उही ने जिन्हां दे वल्लों बेअदबी ते गोलीकांड मामलों ते रिपोर्ट 3 महीने दे विच बनाई गई सी। ते जस्टिस जोरा सिंह हुण आम आदमी पार्टी का हिस्सा ने, ते हुण जस्टिस जोरा सिंह दे वल्लों ਉਹ ਕਿਹਾ ਗਿਆ ਅਤੇ ਉਹ ਆਪਣੀ ਰਿਪੋਰਟ 'ਤੇ ਕਾਇਮ ਨੇ। ਉਹਨਾਂ ਦਾ ਕਹਿਣਾ ਕਿ ਮੇਰੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ, ਇੱਕ ਸਾਈਡ ਮੈਂ ਬੈਠਦਾ, ਇੱਕ ਸਾਈਡ ਕੈਪਟਨ ਅਮਰਿੰਦਰ ਸਿੰਘ ਨੂੰ ਬਿਠਾਇਆ ਜਾਵੇ ਜੋ ਪੰਜਾਬ ਦੇ ਮੁੱਖ ਮੰਤਰੀ ਨੇ, ਇੱਕ ਸਾਈਡ ਸੁਖਬੀਰ ਸਿੰਘ ਬਾਦਲ ਨੂੰ ਬਿਠਾਇਆ ਜਾਵੇ ਜੋ ਬਾਦਲ ਸਰਕਾਰ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਹੋਮ ਮਿਨਿਸਟਰ ਸੀ। ਜਿਸ ਦੇ ਚੱਲਦਿਆਂ ਜਸਟਿਸ ਜੋਰਾ ਸਿੰਘ ਦਾ ਕਹਿਣਾ ਅਤੇ ਦੱਸ ਕੇ ਦੱਸਿਆ ਜਾਵੇ ਮੇਰੀ ਰਿਪੋਰਟ ਦੇ ਵਿੱਚ ਕੀ ਗਲਤ ਸੀ। ਤੁਹਾਨੂੰ ਜਸਟਿਸ ਜੋਰਾ ਸਿੰਘ ਦਾ ਇਹ ਬਿਆਨ ਸੁਣਾਉਂਦੇ ਹਾਂ। ਮੈਂ ਤਾਂ ਕਹਿੰਦਾ ਰਿਪੋਰਟ ਮੇਰੀ ਪਬਲਿਕ ਕਰ ਦੇਣ, ਮੈਨੂੰ ਪਵਾ ਲੈਣ ਇੱਕ ਸਾਈਡ 'ਤੇ, ਕੈਪਟਨ ਸਾਹਿਬ ਬੈਠ ਜਾਣ, ਆਪਣੇ ਬਾਦਲ ਸਾਹਿਬ ਬੈਠ ਜਾਣ, ਏ ਜੀ ਡਿਪਾਰਟਮੈਂਟ ਦਾ ਬੈਠ ਜਾਏ, ਦੱਸ ਦੇਣ ਵੀ ਉਹ ਕੀ ਗਲਤ ਹੈਗਾ, ਕੀ ਕਿਹੜਾ ਨਹੀਂ ਕਿ ਮਜ਼ਦੂਰੀ ਪਛਾਣਿਆ ਜਾਂਦਾ। ਮੇਰਾ ਕੁਐਸਚਨ ਜੀ ਸਰ, ਕੀ ਤੁਸੀਂ ਕਿਸੇ ਨੂੰ ਐਕਿਊਜ਼ ਕਰਦੇ ਹੋ ਅੱਜ? ਮੈਂ ਕਹਿੰਦਾ ਸਾਡੀ ਗੌਰਮੈਂਟ ਆ ਜਾਈਏ, ਅਸੀਂ ਰਿਪੋਰਟ 'ਤੇ ਐਕਸ਼ਨ ਲਵਾਂਗੇ, ਪਰ ਇਹਨਾਂ ਦਾ ਮਨਸ਼ਾ ਨਹੀਂ ਗੌਰਮੈਂਟ ਨਾ ਪਹਿਲੀ ਜਾਂ ਨਾ ਹੁਣ ਦਾ ਕੋਈ ਐਕਸ਼ਨ ਲੈਣਾ, ਅਸੀਂ ਐਕਸ਼ਨ ਲਵਾਂਗੇ। ਜਸਟਿਸ ਜੋਰਾ ਸਿੰਘ ਦੇ ਵੱਲੋਂ ਇੱਕ ਹੋਰ ਦਾਅਵਾ ਕੀਤਾ ਗਿਆ ਹੈ, ਦਾਅਵਾ ਕੀਤਾ ਗਿਆ ਹੈ ਕਿ ਉਸ ਵਿਅਕਤੀ ਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਿਸ ਵਿਅਕਤੀ ਦਾ ਨਾਮ ਜੋ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਹੈ, ਪਰ ਉਹਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਉਸ ਵਿਅਕਤੀ ਦੀਆਂ ਜੋ ਤਾਰਾਂ ਨੇ ਉਹ ਸਰਸੇ ਵਾਲੇ ਬਾਬੇ ਤੱਕ ਪਹੁੰਚਦੀਆਂ ਨੇ, ਜਿਸ ਦੇ ਚੱਲਦਿਆਂ ਉਸਦਾ ਨਾਮ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। SIT ਮੇਰੇ ਕੋਲ 6 ਆਦਮੀ ਦੇ ਨਾਂ ਦਿੱਤੇ ਸੀਗੇ, ਜਿੰਨੇ ਉੱਥੇ ਜਿਹੜੀਆਂ ਜਥੇਬੰਦੀਆਂ ਬੈਠੀਆਂ ਸੀਗੀਆਂ, ਵੀ ਇਹਨਾਂ 'ਤੇ ਸਾਨੂੰ ਸ਼ੱਕ ਗਿਆ। ਉਹ ਨਾਮ ਜਿਹੜੇ ਆਦਮੀ ਸੀਗੇ, ਮੈਂ ਹਰ ਇੱਕ ਨੂੰ ਪੁੱਛਦਾ ਸੀ ਵੀ ਤੁਸੀਂ ਕਿਸੇ ਨੂੰ ਫੜਿਆ, ਅਰੈਸਟ ਕੀਤਾ? ਮੇਰੀ ਰਿਪੋਰਟ ਸਬਮਿਟ ਕਰਨ ਤੱਕ ਨਾਟ ਈਵਨ ਸਿੰਗਲ ਪਰਸਨ ਜਿਹੜਾ ਸਸਪੈਕਟ ਸੀ ਉਹਨੂੰ ਅਰੈਸਟ ਕੀਤਾ, ਨਾਟ ਈਵਨ ਸਿੰਗਲ ਪਰਸਨ। ਉਹੀ ਆਦਮੀ ਜਿਹੜੇ ਮੇਰੇ ਨਾਂ ਦਾ ਮੈਂ ਨਾਂ ਲਿਆ ਸੀਗਾ ਉਹਨਾਂ ਵਿੱਚ ਹੁਣ ਚਲਾਨ ਕਰ ਰਿਹਾ, ਔਰ ਕੁਝ ਇੱਕ ਅੱਧਾ ਆਦਮੀ ਨੂੰ ਮਤਲਬ ਚੇਂਜ ਕਰ ਰਿਹਾ, ਇੱਕ ਆਦਮੀ ਨਾਂ ਅਸਲੀ ਮੁੱਲ ਹੋਰ ਹੈ ਜਿਹੜਾ ਕਿ ਬਾਬੇ ਤੱਕ ਪਹੁੰਚਦਾ, ਉਹਦੀ ਨਾ ਉਹਦੀ ਜਗ੍ਹਾ 'ਤੇ ਇੱਕ ਹੋਰ ਚੇਂਜ ਕੀਤਾ ਜਾ ਰਿਹਾ, ਹੋਰ ਕੀ ਚੇਂਜ ਕੀਤਾ ਗਿਆ ਸਰ? ਇਹ ਤਾਂ ਗੌਰਮੈਂਟ ਦਾ ਕੰਮ ਹੈਗਾ। ਇਸ ਮਾਮਲੇ 'ਚ ਹੋਈ ਹੁਣ ਤੱਕ ਜਾਂਚ ਅਤੇ ਪੁੱਛ ਗਿੱਛ ਨੂੰ ਵੀ ਜਸਟਿਸ ਜੋਰਾ ਸਿੰਘ ਦੇ ਵੱਲੋਂ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਗਿਆ ਹੈ। ਜਸਟਿਸ ਜੋਰਾ ਸਿੰਘ ਦਾ ਕਹਿਣਾ ਕਿ ਸਹੀ ਢੰਗ ਦੇ ਨਾਲ ਹੁਣ ਤੱਕ ਜਾਂਚ ਨਹੀਂ ਹੋ ਪਾਈ ਆ। ਇਹ 3 ਫਾਈਲਾਂ ਕਨੈਕਟਡ ਹੈਗੀ ਜਿਹੜੇ ਕਿ ਗੁਰਮਿੰਦਰ ਸਾਹਿਬ ਦੀ BSP ਨਾਲ ਪੈਦੇ ਨੇ, ਜਿਹੜੇ ਮੈਂ ਪਹਿਲਾਂ ਕਹਿ ਚੁੱਕਾ ਜਿਹੜੇ ਸਸਪੈਕਟਡ ਆਦਮੀ ਸੀ ਉਹਨਾਂ ਦੀ ਸੂਈ ਜਾਂਦੀ ਸੀ ਉੱਥੇ ਤੱਕ ਬਾਬੇ ਤੱਕ, ਉਹਨਾਂ ਨੂੰ ਅਰੈਸਟ ਨਹੀਂ ਕੀਤਾ, ਇੰਟਰੋਗੇਟ ਨਹੀਂ ਕੀਤਾ, ਕਿਵੇਂ ਬਾਬੇ ਤੱਕ ਪਹੁੰਚਣਗੇ? ਜਿਹੜੇ ਬਾਬੇ ਤੱਕ ਪਹੁੰਚਣ ਵਾਸਤੇ ਆਦਮੀ ਆ ਉਹ ਚੇਂਜ ਹੋ ਰਿਹਾ, ਕਿਵੇਂ ਪਹੁੰਚੇਗਾ? ਇਹ ਗੌਰਮੈਂਟ ਦੀ, ਗੌਰਮੈਂਟ ਨੇ ਦੱਸਣਾ ਵੀ ਕਿਉਂ ਅਸੀਂ ਕਰ ਰਹੇ ਹਾਂ। ਜੇ ਗੌਰਮੈਂਟ ਦੀ ਮਨਸ਼ਾ ਹੁੰਦੀ, ਬਿੱਲ ਪਾਸ ਹੁੰਦੀ ਤਾਂ ਹੁਣ ਦਾ ਸਭ ਕੁਝ ਹੁੰਦਾ ਸੀਗਾ। ਇਹ ਰਿਪੋਰਟਾਂ ਦੇ ਵਿੱਚ ਕਹਿ ਰਹੇ SIT ਦੀ ਵੀ ਹੋਰ ਆਰਾਮ ਗਏ, ਅਤੇ ਉਹਦਾ ਰਿਮਾਂਡ ਨਹੀਂ ਲੈਂਦੇ, ਪ੍ਰੋਡਕਸ਼ਨ ਲੈਂਦੇ, ਕੋਰਟ 'ਚ ਐਪਲੀਕੇਸ਼ਨ ਮੂਵ ਕਰਦੇ, ਪ੍ਰੋਡਕਸ਼ਨ ਲੈਂਦੇ, ਉਹਨੂੰ ਇੰਟਰੋਗੇਟ ਕਰਦੇ। ਉਸ ਕੋਲ ਤਾਂ ਇੱਕ ਘੰਟੇ 'ਚ ਤਾਂ ਕਿ ਸਭ ਕੁਝ ਨਿਕਲਿਆ ਹੋਣਾ, ਪਰ ਇਹਨਾਂ ਨੇ ਕੱਢਣਾ ਨਹੀਂ, ਅਤੇ ਆਪਾਂ ਨੂੰ ਬੇਵਕੂਫ ਬਣਾਉਣਾ, ਤੁਹਾਨੂੰ ਵੀ ਮੈਨੂੰ ਵੀ, ਇਹ ਰਿਪੋਰਟਾਂ ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚੰਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950